ਹਾਜ਼ਰ ਹੋ ਚੁੱਕੀ ਹੈ ਤੁਹਾਡੀ ਆਪਣੀ ਦੋਸਤ ਮਨਪ੍ਰੀਤ ਤੁਹਾਡੇ ਆਪਣੇ ਚੈਨਲ ਯੈਸ ਟੀਵੀ ਤੇ ਇੱਕ ਨਵੀਂ ਵੀਡੀਓ ਦੇ ਨਾਲ। ਦੋਸਤੋ ਜਦੋਂ ਸਾਡੇ ਬੱਚੇ ਸਕੂਲ ਤੋਂ ਆਉਂਦੇ ਨੇ ਆਪਾਂ ਕੀ ਕਰਨੇ ਆ, ਫਟਾਫਟ ਉਹਨਾਂ ਨੂੰ ਖਾਣਾ ਖਿਲਾ ਕੇ ਸੁਲਾਉਣ ਦੀ ਕਰਦੇ ਆ, ਸਾਨੂੰ ਇਵੇਂ ਨਹੀਂ ਕਰਨਾ ਹੈ। ਜਦ ਵੀ ਸਾਡਾ ਬੱਚਾ ਸਕੂਲ ਤੋਂ ਆਉਂਦਾ ਹੈ ਉਸ ਤੋਂ ਪਹਿਲਾਂ ਉਹਨੂੰ ਕੁਛ ਟਾਈਮ ਵਾਸਤੇ ਫ੍ਰੀ ਰਹਿਣ ਦਵੋ। ਜਦੋਂ ਸਕੂਲ ਤੋਂ ਆਉਂਦਾ ਹੈ ਉਹਨੂੰ ਆਪਣੇ ਮਨ ਦੀ ਕਰਨ ਦਵੋ, ਕਿਉਂਕਿ ਜਦੋਂ ਸਕੂਲ ਦੇ ਵਿੱਚ ਰਹਿੰਦਾ ਵੇ, ਸਕੂਲ ਦੇ ਵਿੱਚ ਰਹਿ ਕੇ ਉਹ ਡਿਸਪਲਿਨ ਦੇ ਵਿੱਚ ਰਹਿੰਦਾ ਵੇ ਤੇ ਉਹ ਉੱਥੇ ਬੰਧਿਆ ਹੁੰਦਾ ਹੈ ਨਾ, ਤੇ ਜਦੋਂ ਘਰ ਆਉਂਦਾ ਤਾਂ ਉਹਨੂੰ ਉਹਦੇ ਮਨ ਦੀ ਕਰਨ ਦਵੋ ਤਾਂ ਕਿ ਉਹਦਾ ਮਨ ਜਿਹੜਾ ਹੈ ਖੁਸ਼ ਹੋ ਜਾਵੇ। ਉਸ ਤੋਂ ਬਾਅਦ ਤੁਸੀਂ 5 ਗੱਲਾਂ ਉਹਦੇ ਕੋਲ ਜ਼ਰੂਰ ਪੁੱਛਣੀਆਂ ਨੇ। ਕਿਹੜੀਆਂ ਗੱਲਾਂ ਨੇ ਦੋਸਤੋ? ਉਹਦੇ ਕੋਲ ਪੁੱਛਣਾ ਕਿ ਤੇਰਾ ਦਿਨ ਕੈਸਾ ਗਿਆ, ਠੀਕ ਹੈ, ਤੁਸੀਂ ਲੰਚ ਜਿਹੜਾ ਲੈ ਕੇ ਗਏ ਸੀ ਤੁਹਾਨੂੰ ਵਧੀਆ ਲੱਗਿਆ, ਤੁਹਾਡਾ ਦੋਸਤ ਆਇਆ ਕਿ ਨਹੀਂ, ਉਹਦੇ ਨਾਲ ਤੁਸੀਂ ਟਾਈਮ ਸਪੈਂਡ ਕੀਤਾ ਕਿ ਨਹੀਂ, ਪੜ੍ਹਾਈ ਦੇ ਵਿੱਚ ਤੁਹਾਡਾ ਮਨ ਲੱਗਿਆ ਕਿ ਨਹੀਂ, ਔਰ ਅੱਜ ਦਾ ਡੇ ਤੁਹਾਡਾ ਕਿੱਦਾਂ ਦਾ ਗਿਆ। ਇਹਨਾਂ ਚੀਜ਼ਾਂ ਦਾ ਜ਼ਰੂਰ ਆਪਣੇ ਬੱਚੇ ਦੇ ਨਾਲ ਤੁਸੀਂ ਡਿਸਕਸ਼ਨ ਕਰੋ, ਉਹਦੇ ਕੋਲੋਂ ਪੁੱਛੋ। ਇਹਦੇ ਨਾਲ ਉਹਦੀ ਵੀ ਰੂਟੀਨ ਜਿਹੜੀ ਹੈ ਤੁਹਾਨੂੰ ਪਤਾ ਰਹੇਗੀ ਕਿ ਕੀ ਉਹਨੇ ਕੀਤਾ, ਔਰ ਤੁਹਾਨੂੰ ਵੀ ਵਧੀਆ ਲੱਗੇਗਾ ਕਿ ਹਾਂ ਤੁਹਾਨੂੰ ਪਤਾ ਹੋਏਗਾ ਕਿ ਤੁਹਾਡਾ ਬੱਚਾ ਕੀ ਕਰ ਰਿਹਾ। ਦੋਸਤੋ ਆਪਾਂ ਬਹੁਤ ਇਹ ਚੀਜ਼ਾਂ ਦਾ ਧਿਆਨ ਨਹੀਂ ਕਰਦੇ ਹਾਂ, ਬਸ ਜੋ ਸਾਡੀ ਰੂਟੀਨ ਹੈ ਆਪਾਂ ਉਸੇ ਰੂਟੀਨ ਦੇ ਵਿੱਚ ਚੱਲਦੇ ਰਹਿੰਦੇ ਹਾਂ ਤੇ ਬੱਚਿਆਂ ਦਾ ਖਿਆਲ ਰੱਖਣਾ ਭੁੱਲ ਜਾਂਦੇ ਹਾਂ। ਔਰ ਅੱਜ ਦੇ ਟਾਈਮ ਤੇ ਬੱਚਿਆਂ ਤੇ ਬਰਡਨ ਵੀ ਬਹੁਤ ਜ਼ਿਆਦਾ ਹੈਗਾ, ਇਸ ਲਈ ਜਦੋਂ ਵੀ ਬੱਚਾ ਸਕੂਲ ਤੋਂ ਆਵੇ ਉਹਦੇ ਕੋਲ ਜ਼ਰੂਰ ਤੁਸੀਂ ਇਹਨਾਂ ਗੱਲਾਂ ਦਾ ਜਿਹੜੇ ਬਾਰੇ ਚ ਪੁੱਛੋ, ਔਰ ਉਸ ਤੋਂ ਬਾਅਦ ਉਹਨੂੰ ਰਿਲੈਕਸ ਹੋਣ ਦਵੋ। ਦੇਖਣਾ 5-10-15 ਮਿੰਟ ਉਹਨੂੰ ਐਵੇਂ ਫ੍ਰੀ ਛੱਡੋ, ਜੋ ਕਰਦਾ ਕਰਨ ਦੋ, ਵੇਖਣਾ ਤੁਹਾਡੇ ਫੇਸ ਤੇ ਔਰ ਤੁਹਾਡੇ ਬੱਚੇ ਦੇ ਫੇਸ ਤੇ ਇੱਕ ਅਲੱਗ ਹੀ ਖੁਸ਼ੀ ਹੋਏਗੀ। ਤੇ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੇਗੀ। ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ, ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।